ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਦੇ YouTube ਚੈਨਲ PV 29 ਡੈਰੀ ਫਾਰਮ ਦੇ ਉੱਪਰ ਸਭ ਤੋਂ ਪਹਿਲਾਂ ਮੈਂ ਸਾਰੇ ਵੀਰਾਂ ਦਾ ਸਵਾਗਤ ਕਰਦਾ ਹਾਂ ਤੇ ਅੱਜ ਜਿਹੜੀ ਆਪਾਂ ਲੈ ਕੇ ਆਏ ਹਾਂ ਜੀ ਵੀਡੀਓ ਉਹ ਹੈਗੀ ਆ ਜੀ ਮੋਰਾ ਬਰੀਡ ਦੇ ਉੱਪਰ ਮੋਰਾ ਬਰੀਡ ਦਾ ਇੱਕ ਬਹੁਤ ਹੀ ਜਿਹੜਾ ਸ਼ਾਨਦਾਰ ਬੁੱਲ ਆ ਜਿਹੜਾ ਕਪਤਾਨ ਨਾਮ ਦੇ ਨਾਲ ਮਸ਼ਹੂਰ ਆ ਖਲੀ ਟੂਰ ਫਾਰਮ ਦਾ ਬੁੱਲ ਆ ਜੀ ਇਹ ਖਲੀ ਦਾ ਇਹ ਮੁੰਡਾ ਵਾ 올 ਟਾਈਮ ਵਿਨਰ ਜਿਹੜਾ ਖਲੀ ਆ ਆਪਣਾ ਬੁੱਲ ਉਹਦਾ ਮੁੰਡਾ ਜੀ ਇਹ ਤੇ ਅੱਜ ਆਪਾਂ ਇਹਦੇ ਬਾਰੇ ਸਾਰੀ ਗੱਲਬਾਤ ਕਰਦੇ ਆਂ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਮੱਝ ਵੇਖ ਰਹੇ ਹੋ ਇਹ ਜੀ ਇਹਦੀ ਮਾਂ ਆ ਕਪਤਾਨ ਦੀ ਤੇ ਇਹਦਾ ਜਿਹੜਾ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਆ 2013 ਦੇ ਵਿੱਚ ਤੇ ਜਿਹੜਾ ਇਹਦੀ ਮਾਂ ਦਾ ਦੁੱਧ ਆ ਉਹ ਹੈਗਾ ਜੀ 23 ਕਿਲੋ ਦਾ ਰਿਕਾਰਡ ਬਣਿਆ ਹੋਇਆ ਸੀਗਾ ਤੇ ਹੁਣ ਇਹ ਸੇਲ ਹੋ ਤੇ ਫਾਦਰ ਸਾਈਡ ਵਾਲੇ ਵੱਲੋਂ ਇਹ ਹੈਗਾ ਜੀ ਖਲੀ ਦਾ ਬੱਚਾ ਖਲੀ ਜਿਹੜਾ 올 ਟਾਈਮ ਚੈਂਪੀਅਨ ਰਹਿ ਚੁੱਕਿਆ 올 ਟਾਈਮ ਵਿਨਰ ਰਹਿ ਚੁੱਕਿਆ ਵਾ ਤੇ ਉਹਦਾ ਯਾਨੀ ਕਿ 26 ਕਿਲੋ ਦਾ ਸੀਗਾ ਰਿਕਾਰਡ ਤੇ ਇਹਦਾ ਯਾਨੀ ਕਿ ਫਰੋਜਨੀ ਟੈਸਟਡ ਹੋ ਜੂਗਾ ਹੁਣ ਜੀ ਇਹ ਬਸ ਹਾਲ ਕੋ ਹੋਰ ਲੱਗੂਗਾ 6 ਮਹੀਨੇ ਜਾਂ ਸਾਲ ਅ ਯਾਨੀ ਕਿ ਇਹਨਾਂ ਨੇ 10-10 ਕਿਲੋ ਵਾਲੀਆਂ ਯਾਨੀ ਕਿ ਕੱਟਣੀਆਂ ਵਾ ਜਿਨ੍ਹਾਂ ਦੀਆਂ ਮਾਵਾ ਕਟੀਆਂ ਦੀਆਂ 10-10 ਕਿਲੋ ਵਾਲੀਆਂ ਸੀਗੀਆਂ ਉਹਨਾਂ ਦਾ ਕੱਟਣਾ ਵਾ ਤੇ ਨਾਰਮਲੀ ਜਨਨਕੀ ਜਿਹੜੀਆਂ 10 ਕਿਲੋ ਮੱਝਾਂ ਦੁੱਧ ਦੇ ਰਹੀਆਂ ਸੀ ਉਹਦਾ ਇਹਦਾ ਟੀਕਾ ਲੱਗ ਕੇ ਉਹਨਾਂ ਦੇ ਜਿਹੜਾ ਗਾਂ ਬੱਚਾ ਦੁੱਧ ਦੇ ਰਿਆ ਪਹਿਲੇ ਸੂਏ ਹੈਗਾ 13 ਤੋਂ 14 ਕਿਲੋ 13 ਤੋਂ 14 ਕਿਲੋ ਜਿਹੜਾ ਦੁੱਧ ਦੇ ਰਿਆ ਵਾ ਤੇ ਆਸਾਨੀ ਨਾ ਵਾ 13 ਤੋਂ 14 ਜਿਹੜੀਆਂ ਫੀਮੇਲਸ ਨੇ ਉਹ ਦੁੱਧ ਤੇ ਆ ਚੁੱਕੀਆਂ ਨੇ ਤੇ ਸਾਰੀਆਂ ਦਾ ਇਹੀ ਰਿਕਾਰਡ ਆ ਜੀ 13 14 15 13 14 15 ਠੀਕ ਆ ਜੀ ਤੇ ਇਹਨਾਂ ਨੇ ਕੋਈ ਆਪ ਦਾ ਰਿਕਾਰਡ ਨਹੀਂ ਸ਼ੋ ਕਰਨਾ ਕੁਛ ਨਹੀਂ ਕਰਨਾਗਾ ਲੋਕਾਂ ਦਾ ਜਿਹੜਾ ਰਿਕਾਰਡ ਆ ਰਿਹਾ ਵਾ ਉਹ ਸ਼ੋ ਕਰਨਾ ਜੀ ਇਹਨਾਂ ਨੇ ਤੇ ਜਿਹੜੀ ਹੁਣ ਜੀ ਇਹਨੇ ਨੱਥ ਪਾਈ ਹੋਈ ਏ ਨਿਕਲ ਚੁੱਕੀ ਏ ਪੁਰਾਣੀਆਂ ਫੋਟੋਆਂ ਨੇ ਤੇ ਕਿਉਂਕਿ ਜਦੋਂ ਇਹਨੇ ਨੱਥ ਪਾਈ ਸੀ ਲਿੱਸਾ ਹੋ ਗਿਆ ਸੀਗਾ ਤੇ ਸੀਮਨ ਆ ਜਿਹੜਾ ਇਹ ਇਹ ਬਿਣਾ ਨੱਥ ਤੋਂ ਦਿੰਦਾ ਵਾ ਵੀ ਨੱਥ ਹੋਣੇ ਦੀ ਗੱਡੀ ਹੋਈ ਆ ਉਹ ਬਿਣਾ ਨੱਥ ਤੋਂ ਸੀਮਨ ਦਿੰਦਾ ਜੀ ਇਹ ਵੇਖ ਸਕਦੇ ਹੋ ਬਹੁਤ ਬਹੁਤ ਹੀ ਯਾਰੀ ਵਧੀਆ ਜੀ ਇਹੇ ਪੂਰਾ ਹੈਵੀ ਬਾਡੀ ਦਾ ਤੇ ਬਿਊਟੀ ਲਾਈਨ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਨਾ ਵਾ ਤੇ ਖੀਰਿਆਂ ਦੇ ਵਿੱਚੋਂ 2014 ਦੇ ਵਿੱਚ ਚੈਂਪੀਅਨ ਰਹਿ ਚੁੱਕਿਆ ਜੀ ਮੌਸਰ ਮੇਲੇ ਦੇ ਵਿੱਚ ਉਥੇ ਖੀਰੇ ਤੇ ਦੋਂਦੇ ਜਿਹੜੇ ਕੱਟੇ ਹੁੰਦੇ ਆ ਉਹਨਾਂ ਨੂੰ ਇਕੱਠਾ ਕਰਕੇ 120 ਇਕੱਠੇ ਹੋ ਗਏ ਸੀਗੇ 120 ਬੁੱਲਾਂ ਦੇ ਵਿੱਚੋਂ ਇਹ ਵੀ ਚੈਂਪੀਅਨ ਰਹਿ ਚੁੱਕਿਆ ਸੀਗਾ ਜੀ ਤੇ ਕੋਈ ਬਾਲਾ ਰੇਟ ਵੀ ਨਹੀਂ ਹੈਗਾ ਸੀਮਿੰਟ ਦਾ 100 ਰੁਪਿਆ ਰੇਟ ਆ ਜੀ ਸੀਮਨਸਟਰਾ ਦਾ ਇੱਕ ਦਾ ਇਹ ਬਹੁਤ ਹੀ ਵਧੀਆ ਚੀਜ਼ ਆ ਵੀ ਆਮ ਲੋਕਾਂ ਦੇ ਜਿਹੜੇ ਪਹੁੰਚ ਵਿੱਚ ਹੈਗਾ ਪਰ ਯਾਨੀ ਕਿ ਲੋਕਲ ਹੀ ਸਾਨੂੰ ਹਰ ਇੱਕ ਡਾਕਟਰ ਤੋਂ ਇਹਦਾ ਜਿਹੜਾ ਟੀਕਾ ਵਾ ਉਹ ਨਹੀਂ ਮਿਲ ਲਾਗਾ ਸਾਨੂੰ ਥੋੜਾ ਜਿਆ ਜਾਨੀ ਕਿ ਡਾਕਟਰ ਨੂੰ ਕਹਿਣਾ ਪਊਗਾ ਵੀ ਡੀਲਰ ਵਗੈਰਾ ਦਾ ਪਤਾ ਕਰਕੇ ਵੀ ਉਹ ਲੈ 사ਕੇ ਫੋ ਜਿਵੇਂ ਸਾਡੇ ਮੋਗੇ ਵਿੱਚ ਬਾਈ ਕਹਿ ਰਿਹਾ ਮੈਂ ਫੋਨ ਲਾ ਕੇ ਪੁੱਛਿਆ ਸੀ ਉਹ ਕਹਿੰਦੇ ਸੋਡੇ ਹੈਗਾ ਵਾ ਵੀ ਉਹ ਤੋਂ ਮਿਲ ਜਾਊਗਾ ਇਹਨਾਂ ਦੇ ਸੀਮੰਟ ਜਿਹੜਾ ਟੂਰ ਫਾਰਮ ਦਾ ਵਾ ਜਿੰਨੇ ਵੀ ਹੈਗੇ ਆ ਉਹਨਾਂ ਦੇ ਸੀਮੰਟ ਸਾਨੂੰ ਉੱਥੇ ਜਾ ਕੇ ਲੈ ਕੇ ਆਉਣੇ ਪੈਣੇ ਆ ਤੇ ਛੋਟੇ ਜ਼ਿਮੀਦਾਰਾਂ ਨੂੰ ਇਹ ਖਾਸ ਕੀ ਦੇਰ ਹੀ ਰਹੇ ਆ ਕਿ ਛੋਟੇ ਜ਼ਿਮੀਦਾਰ ਨੇ ਜਿਹੜੇ ਉਹ ਰਿਕਾਰਡ ਸ਼ੋਅ ਕਰ ਦਿੰਦੇ ਆ ਵੀ ਰਿਕਾਰਡ ਜਿਹੜਾ ਬੰਦਾ ਦਿਖਾਊਗਾ ਸ਼ੋਅ ਕਰੂਗਾ ਇਹ ਜਾਨਕੀ ਸੀਮਾ ਨਾਲ ਜਿਹੜਾ ਉਹਨਾਂ ਨੂੰ ਦਿੰਦੇ ਆ ਰਿਕਾਰਡ ਜਿਹੜਾ ਸ਼ੋਅ ਕਰੂਗਾ ਉਹਨੂੰ ਜਿਹੜਾ ਦਿੰਦੇ ਆ ਸੀਮਣ ਤੇ ਖਾਸਕੀ ਜਿਹੜਾ ਰਿਕਾਰਡ ਤੁਸੀਂ ਵੇਖੋ ਵੀ 10 ਕਿਲੋ ਵਾਲੀ ਮੱਝ ਤੇ ਉਹਦੇ ਗਾਂ ਜਿਹੜੀਆਂ ਨਾਰਮਲੀ ਕਟੀਆਂ ਨੇ 13 ਤੋਂ 14 ਕਿਲੋ ਵਾਲੀਆਂ ਆ ਰਹੀਆਂ ਤੇ ਬਹੁਤ ਚੰਗਾ ਰਿਕਾਰਡ ਆ ਇਹਦਾ ਪੇਲਣਾ ਉਹ ਵੀ ਜਾਨਕੀ ਦੂਜੇ ਸੂਏ ਜਾ ਕੇ ਆਸਾਨੀ ਨਾ ਹੋ 15 16 17 18 ਖਰਾਕ ਦੇ ਉੱਪਰ ਡਿਪੈਂਡ ਕਰਕੇ ਇੱਥੇ ਤੱਕ ਆਰਾਮ ਨਾਲ ਪਹੁੰਚ ਜੂਗਾ ਤੇ ਜਿੰਨਾਂ ਬਾਈਆਂ ਨੇ ਸੀਮਨ ਲੈਣਾ ਵਾ ਇਹਨਾਂ ਦੇ ਆਫਿਸ ਦਾ ਨੰਬਰ ਜਿਹੜਾ ਆਪਾਂ ਦਿੱਤਾ ਹੋਊਗਾ ਹਾਂ ਜੇ ਮੰਨ ਲਓ ਵੀ ਮੇਰਾ ਵੀਡੀਓ ਵਿੱਚ ਨਹੀਂ ਦਿੱਤਾ ਹੋਇਆ ਤਾਂ ਮੈਨੂੰ ਕਮੈਂਟ ਕਰ ਦਿਓ ਆ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਤੇ ਉਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਸੀਮਨ ਲੈ ਸਕਦੇ ਹੋ ਪਰ ਸੀਮਨ ਲੈਣ ਵਾਲੇ ਬੰਦੇ ਹੀ ਕਿਰਪਾ ਕਰਕੇ ਫੋਨ ਕਰਿਓ ਬਾਈਆਂ ਕੋਈ ਉਹਦਾ ਟਾਈਮ ਦਾ ਨਹੀਂ ਹੁੰਦਾਗਾ ਪਰੇਸ਼ਾਨੀ ਹੁੰਦੀ ਹੈ ਫਿਰ ਜੋ ਜਿਨਾਂ ਨੇ ਸੀਰੀਅਸ ਹੀ ਲੈਣਾ ਵਾ ਉਹ ਲੈਣ ਤੇ ਇੱਕ ਬੂਰੀ ਮੱਝ ਦੇ ਉੱਪਰ ਬੂਰੇ ਝੋਟੇ ਦੇ ਉੱਪਰ ਨੀਲੀ ਰਾਵੀ ਦੇ ਵਿੱਚ ਵੀਡੀਓ ਆਊਗੀ ਜੀ ਮੇਨ ਲਗਾ ਤਾਂ ਕੱਲ ਨੂੰ ਮਜੂ ਜਾਂ ਪਰਸੋਂ ਨੂੰ ਆਜੂਗੀ ਸੋ ਤੁਸੀਂ ਦੇਖਣਾ ਨਾ ਭੁੱਲਿਓ ਜਰੂਰ ਵੇਖਿਓ ਜੀ ਵੀਡੀਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇੱਕ ਇਹਨਾਂ ਦੇ ਕਿੰਗ ਬੋਲ ਦੀ ਵੀਡੀਓ ਪਾਈ ਹੋਈ ਆ ਡਿਸਕ੍ਰਿਪਸ਼ਨ ਬਾਕਸ ਵਿੱਚ ਮੇਰਾ ਲਿੰਕ ਦਿੱਤਾ ਹੋਊਗਾ ਉਹਨੂੰ ਤੁਸੀਂ ਜਾ ਕੇ ਜਰੂਰ ਵੇਖਿਓ ਤੇ ਉਹ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਜਿਹੜੀ ਆਖਰ ਤੱਕ ਵੇਖਣ ਦੇ ਲਈ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ ਬਹੁਤ ਬਹੁਤ ਧੰਨਵਾਦ ਜੀ ਆਖਰ ਤੱਕ ਵਿਖੇ